नगर निगम की ओर से भारतीय जनता पार्टी के नेता कमल चेतली का लुधियाना फिरोजपुर रोड पर स्थित मार्बल शोरूम सील करने के बाद आज भाजपा अकाली दल नेताओं की ओर से वर्करों के साथ जोन डी कार्यालय में रोष प्रदर्शन किया गया। प्रदर्शनकारियों का आरोप था कि नगर निगम एक कैबिनेट मंत्री के इशारे के तहत काम कर रही है, इसी कारण बिना नोटिस दिए कमल चेतली का मार्बल शोरूम सील कर दिया गया। बल्कि शहर में अन्य कई अवैध निर्माण है, यदि निगम शोरूम की सील ना खोली गई तो वे संघर्ष तेज करेंगे। निगम कमिश्नर कमलप्रीत कौर बराड़ ने सभी आरोपों को खारिज करते हुए कहा कि साढ़े 12 हो ढाई बजे तक का मैं कोई गल सुन लो यार, ढाई बजे तक मैं जो फैसला कर दें तो ठीक है, नहीं तो आप ताला तोड़ दें। हस्पताल एक बंदे ने कल्ले ने लेके शिकायत की, सारे महल्ले ने सपोर्ट किया, आउटसाइड स्कीम एरिया जाके लॉक लाता ताला लाता। अकाली का उतो साडा वार्ड प्रधान है ता करके हो गया, वो बीजेपी वर्कर है। असीं एक केस लई नहीं आए, असीं वंडेटे के खिलाफ आए हैं, एक तो दूजे दे तुसीं जो मर्जी करो, कानून जिहड़ा कहिंदा टाओ सारे टा दो, वी हैव नो ऑब्जेक्शन, तुहानूं सपोर्ट करांगे, इत्थे आके नारे लावांगे कि तुसीं ठीक कीता, पर यह नहीं होना कि टारगेट बीजेपी ते अकाली दल। ਕਰਦੇ ਪਿਆ ਆਪਣੇ ਭਾਈਚਾਰੇ 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 ਕਰਦੇ ਪਿਆ ਆਪਣ
ਦੇਖੋ ਮੈਨੂੰ ਗੱਲ ਸੁਣੋ, ਇਸ ਤੋਂ ਬਾਅਦ ਅਸੀਂ ਫੇਰ ਵੀ ਤੁਹਾਡੇ ਕੋਲ ਕੰਮ ਚਾਹੁੰਦਾ, ਇੰਨਾ ਸਰਦਾਰ ਜੀ ਨੇ ਮੇਹਰ ਰਹਿਣਾ ਤੁਸੀਂ ਕਮਿਸ਼ਨ ਲੈ ਲੈਣਾ, ਦੋ ਸਾਲ ਤਾਂ ਨਾ ਇਹ ਤੁਹਾਡੇ ਕੋਲ ਆਉਣਾ ਸੀ, ਕਿਉਂ ਇਹ ਕੰਮ ਕਰਾਂਗੇ ਹੋਰ ਵੀ ਮੱਖਾਂ ਨਾਲ ਕਰ ਸਕਦੇ। ਸੀਲ ਕਰ ਸਕਦੇ ਹੋ ਤੁਸੀਂ, ਸੁਣੋ ਸੀ ਐਲ ਯੂ ਸੁਣੋ, ਰਿਕਵਰੀ ਪ੍ਰੋਸੀਡਿੰਗ ਸੈਕਸ਼ਨ 146 ਤੋਂ ਸ਼ੁਰੂ ਹੁੰਦੀਆਂ ਨੇ, ਉਹਦੇ ਚ ਤੁਸੀਂ ਏਰੀਆਜ਼ ਆਫ ਲੈਂਡ ਰੈਵਨਿਊ ਤੁਹਾਨੂੰ ਡਿਕਲੇਅਰ ਕਰਨੇ ਪੈਣਗੇ। ਜਿੱਥੇ ਰਿਕਵਰੀ ਹੋਵੇ ਉਹਨੂੰ ਏਰੀਆਜ਼ ਆਫ ਲੈਂਡ ਰੈਵਨਿਊ ਡਿਕਲੇਅਰ ਕਰੋ, ਕੰਸਰਟ ਤੁਸੀਂ ਇਜਾਜ਼ਤ ਭੇਜੋ, ਉਹ ਪ੍ਰੋਪਰਟੀ ਟੈਕਸ ਦੇ ਆਪਸ਼ਨ ਕਰੋ ਨਾਲੇ ਜਲੂਸ ਦੇ। ਉਹ ਮਾਸਟਰ ਪਲੈਨ ਦੇ ਜਿਹੜਾ ਸੀਗਾ ਜਿਹਦੇ ਬੇਸਿਸ ਤੇ ਸੀ ਆਈ ਯੂ ਕੱਟੇ ਜਾ ਰਿਹਾ, ਉਹ ਮਾਸਟਰ ਪਲੈਨ ਫਾਈਨ ਬਾਈ ਜ਼ੋਨ ਤੋਂ ਪਹਿਲਾਂ ਉਹ ਇਹ ਗੱਲ ਹੈ। ਦੇਖੋ ਇਹ ਕਰੋੜਿਆ ਨਾ ਕਈ ਕੁਛ ਨਹੀਂ ਕਰਨਾ, ਆਪਾਂ ਹੀ ਦਿੱਕਤ ਮਾਰ ਲਈਏ ਕਿਉਂਕਿ ਵਿੱਚੋਂ ਅਤੇ ਆਪਣੇ ਨਹੀਂ ਕਰਨੇ। ਮੈਂ ਤੁਹਾਨੂੰ ਅੱਜ ਹੈਰਾਨ ਮੇਰੇ ਕੌਂਸਲ ਸਾਥੀ ਦੇ ਜਿਹਦੇ ਮੈਨੂੰ ਮੈਂ ਤੁਹਾਨੂੰ ਦੱਸਣਾ ਦੇਵੀ ਜੀ ਦੇਵੀ ਜੀ ਕੌਂਸਲ ਨਿਕਲਦੀ ਕਾਬਲ ਭਾਈ ਕਮਰੀ ਚ ਹਮਾਰੀ ਰੂਟੀਨ ਕਾਰਵਾਈ ਹੋਤੀ ਹੈ ਜੀ, ਜੋ ਬਿਲਡਿੰਗ ਇਲੀਗਲ ਹੋਤੀ ਹੈ ਯਾ ਕਿਸੀ ਕਾ ਕੋਈ ਬਕਾਇਆ ਹੋਤਾ ਹੈ, ਹਮਾਰੀ ਬ੍ਰਾਂਚ ਆਰਾਮ ਸੇ ਉਸਕੋ ਜਾ ਕੇ ਸੀਲ ਕਰਾਤੀ ਹੈ ਤਾਂਕਿ ਉਨਕੇ ਪੈਸੇ ਕੀ ਉਗਰਾਈ ਕੀ ਜਾ ਸਕੇ। ਔਰ ਅਗਰ ਜੀ ਨਹੀਂ, ਅਗਰ ਇਲੀਗਲ ਹੈ ਉਸਕੋ ਕਿਆ ਨੋਟਿਸ ਦੂੰ ਜੀ ਮੈਂ, ਹਮਨੇ ਉਸਸੇ ਹਮਾਰੀ ਰਿਕਵਰੀ ਬਨਤੀ ਹੈ, ਹਮ ਰਿਕਵਰੀ ਕਰੇਂਗੇ, ਹਮ ਹਮਨੇ ਉਸਕੋ ਧਮਕੇ ਨਹੀਂ ਸਮਝਾ ਜੀ, ਉਹ ਜੋ ਵੀ ਬੋਲੇਂਗੇ ਕੋਈ ਬਾਤ ਨਹੀਂ, ਉਹਨੇ ਅਧਿਕਾਰ ਹੈ ਬੋਲਨੇ, ਉਨ ਪੇ ਪੁਲਿਸ ਕਰੇਗੀ ਜੀ। ਨਹੀਂ ਸਰਟਨਲੀ ਕੋਈ ਪ੍ਰੈਸ਼ਰ ਨਹੀਂ ਹੈ, ਮੁਝੇ ਕੋਈ ਫੋਨ ਨਹੀਂ ਆਇਆ ਉਨਕਾ, ਨਹੀਂ ਜੀ ਸਰਟਨ ਹਮੇ ਕੋਈ ਪ੍ਰੈਸ਼ਰ ਨਹੀਂ, ਡੈਮੋਕ੍ਰੇਸੀ ਹੈ ਜੀ। ਵੀ ਮੇਰੇ ਯਹਾਂ ਪੇ ਮਾਰਬਲ ਕਾ ਜੋ ਮੇਰਾ ਕਾਮ ਹੈ 2001 ਸੇ 31/3/2001 ਸੇ ਚੱਲ ਰਹਾ ਹੈ, ਔਰ ਵਹਾਂ ਮੇਰੀ ਕਾਰਪੋਰੇਸ਼ਨ ਨੇ ਉਸਕੀ ਅਸੈਸਮੈਂਟ ਕੀ ਹੋਈ ਹੈ, ਉਸਕੀ ਅਸੈਸਮੈਂਟ ਕੀ ਹੋਈ ਹੈ, ਔਰ ਜੋ ਸੀ ਐਲ ਯੂ ਕਾ ਕਾਨੂੰਨ ਹੈ ਵੋ 2005 ਕੇ ਬਾਅਦ ਬਣਾ ਹੈ, ਔਰ ਯੇ ਇਸਕੋ ਬਿਲਕੁਲ ਸੀਲ ਨਹੀਂ ਕਰ ਸਕਤੇ, ਇਹਨਾਂ ਅੰਡਰ ਪ੍ਰੈਸ਼ਰ ਭਾਰਤ ਭੂਸ਼ਣ ਆਸ਼ੂ ਜੋ ਗੁੰਡਾ ਮੰਤਰੀ ਹੈ ਲੁਧਿਆਣਾ ਕਾ, ਲੋਕੋਂ ਕੋ ਦਬਾਤਾ ਹੈ, ਅਫਸਰੋਂ ਕੋ ਦਬਾਤਾ ਹੈ, ਔਰ ਪੋਲੀਟੀਕਲ ਲੋਕੋਂ ਕੋ ਦਬਾਤਾ ਹੈ, ਡਰਾਤਾ ਹੈ, ਉਸਕੇ ਖਿਲਾਫ਼ ਮੈਨੇ ਪ੍ਰੈਸ ਕਾਨਫਰੰਸ ਕੀ ਥੀ, ਉਸਕੇ ਲੀਏ ਇਹਨਾਂ ਨੇ ਮੇਰੀ ਬਿਲਡਿੰਗ ਸ਼ਨੀਵਾਰ ਕੇ ਦਿਨ ਸੀਲ ਕਰ ਦੀ ਹੈ, ਜਬਕਿ ਵੋ ਕਾਨੂੰਨ ਕੇ ਤਹਿਤ ਮੇਰੀ ਬਿਲਡਿੰਗ ਸੀਲ ਨਹੀਂ ਹੋ ਸਕਤੀ, ਕਾਰਪੋਰੇਸ਼ਨ ਨੇ ਖੁਦ 2001 ਮੇ ਮੇਰੀ ਅਸੈਸਮੈਂਟ ਕੀ ਹੋਈ ਹੈ। ਦੂਸਰੀ ਬਾਤ ਮੈਂ ਕਾਰਪੋਰੇਸ਼ਨ ਸੇ ਪੁੱਛਣਾ ਚਾਹਤਾ ਹੂੰ ਕਿ ਆਪਨੇ ਇੱਕ ਹਾਈ ਕੋਰਟ ਮੇ ਐਫੀਡੇਵਿਟ ਦੀਆ ਥਾ, ਉਸ ਐਫੀਡੇਵਿਟ ਮੇ ਬਤਾਇਆ ਥਾ ਵੀ ਇਤਨੀ ਬਿਲਡਿੰਗੇ ਇਲੀਗਲ ਲੁਧਿਆਣਾ ਮੇ ਬਣੀ ਹੋਈ ਹੈ, ਉਸਸੇ ਆਪਨੇ ਕਿਤਨੀ ਰਿਕਵਰੀ ਕੀ, ਕਿਤਨੋ ਕੋ ਸੀਲ ਕੀਆ, ਕਿਉਂਕਿ ਉਸ ਉਨਮੇ ਸੇ ਬਹੁਤ ਮੇਰੀ ਬਿਲਡਿੰਗ ਇਸ ਲਈ ਸੀਲ ਕੀ ਕਿਉਂਕਿ ਮੈਨੇ ਭਾਰਤ ਭੂਸ਼ਣ ਆਸ਼ੂ ਕੇ ਖਿਲਾਫ਼
आवाज़ उठाई, प्रेस कॉन्फ्रेंस किया, इसका चेहरा नंगा किया, बताया कि ये मैं जब बोलता था लोग मानते नहीं थे, ये गुंडा इसने गुंडा कर दिया, सबूत दे दिया। मेरी हाई कमांड जो फैसला करेगी मैं उसके तहत चलूंगा। एक कारपोरेशन ने अपना मंत्री के दबाव च आके पिक एंड चूज की पॉलिसी अपना ली है। साढ़े भाजपा के सीनियर नेता ने कमल जेतली उन्होंने जी टैंपरेरी शैड जहाँ पाया तो उन्होंने काम 2001 तो चल रहा जो कि वह पॉलिसी भी लागू नहीं सी हुई थी। तो पिक एंड चूज पॉलिसी ना लागू होने के कारण भी इन्होंने ताला लाता। ये मंत्री आशू का छरेआम धक्का, क्योंकि आशू के खिलाफ जो कोई कम्यूनिटी सेंटर या होर उन्होंने गल्लां कीतियां ते मंत्री आशू ने अपने धक्के ही यह सारा काम कराया जिहड़ा कि बिल्कुल गलत है।